ਦੈਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਜਸਨੂਰ ਤਵਨ ਸੀਐਮ ਭਗਵੰਤ ਮਾਨ ਵੱਲੋਂ ਨਵੇਂ ਆਦੇਸ਼ ਜਾਰੀ ਕੀਤੇ ਗਏ ਨੇ ਪੰਚਾਇਤਾਂ ਲਈ ਇਹ ਨਵੇਂ ਆਦੇਸ਼ ਜਾਰੀ ਹੋਏ ਨੇ ਜਿੰਨਾਂ ਨੂੰ ਸੁਣ ਕੇ ਤੁਹਾਨੂੰ ਵੀ ਝਟਕਾ ਲੱਗੇਗਾ ਜਿਹੜੇ ਵੀ ਫੰਡ ਹਾਲੇ ਤੱਕ ਦਿੱਤੇ ਗਏ ਨੇ ਸਾਰੇ ਫੰਡ ਵਾਪਸ ਮੰਗਣ ਲਈ ਕਿਹਾ ਗਿਆ ਹੈ ਸਾਰੇ ਫੰਡ ਵਾਪਸ ਕੀਤੇ ਜਾਣਗੇ 99 ਕਰੋੜ ਰੁਪਏ ਦੀ ਰਾਸ਼ੀ ਹੈ ਜੋ ਕਿਹਾ ਜਾ ਰਿਹਾ ਹੈ ਕਿ ਹਲੇ ਵਰਤੀ ਨਹੀਂ ਗਈ ਹੈ ਔਰ ਕਿਹਾ ਗਿਆ ਹੈ ਭਗਵੰਤ ਮਾਨ ਵੱਲੋਂ ਇਹ ਸਾਰੀ ਰਾਸ਼ੀ ਵਾਪਸ ਕੀਤੀ ਜਾਵੇ ਹਰ ਵਾਰ ਗੱਲ ਹੁੰਦੀ ਹੈ ਕਿ ਪੰਜਾਬ ਦਾ ਖਜ਼ਾਨਾ ਕਿਸ ਤਰ੍ਹਾਂ ਭਰਿਆ ਜਾਏਗਾ ਤਾਂ ਸੀਐਮ ਭਗਵੰਤ ਮਾਨ ਨੇ ਨਵੇਕਲਾ ਉਪਰਾਲਾ ਅਪਣਾਇਆ ਜਿਸ ਤਰ੍ਹਾਂ ਉਹਨਾਂ ਨੇ ਹੁਣ ਪੰਜਾਬ ਦਾ ਖਜ਼ਾਨਾ ਭਰਨਾ ਹੈ ਤਾਂ ਜਿਹੜੇ ਵੀ ਗ੍ਰਾਂਟਾਂ ਦਿੱਤੀਆਂ ਗਈਆਂ ਨੇ ਜਿਹੜੇ ਵੀ ਫੰਡ ਦਿੱਤੇ ਗਏ ਨੇ ਜਿਨ੍ਹਾਂ ਦੀ ਹੁਣ ਤੱਕ ਵਰਤੋਂ ਨਹੀਂ ਕੀਤੀ ਗਈ 99 ਕਰੋੜ ਦਾ ਫੰਡ ਦੱਸਿਆ ਜਾ ਰਿਹਾ ਤੇ ਕਿਹਾ ਗਿਆ ਕਿ ਸਾਰਾ ਫੰਡ ਹੁਣ ਸਰਕਾਰ ਨੂੰ ਵਾਪਸ ਕੀਤਾ ਜਾਏ 99 ਕਰੋੜ ਤੱਕ ਦਾ ਇਹ ਫੰਡ ਹੈ ਜਿਸ ਦੀ ਹੁਣ ਤੱਕ ਵਰਤੋਂ ਨਹੀਂ ਹੋਈ ਔਰ ਇਸ ਦੇ ਚੱਲਦੇ ਮੁੱਖ ਮੰਤਰੀ ਪੰਜਾਬ ਨੇ ਪੰਚਾਇਤਾਂ ਲਈ ਵੱਡਾ ਐਲਾਨ ਕੀਤਾ 99 ਕਰੋੜ ਰੁਪਏ ਦੀ ਅਣਵਰਤੀ ਰਾਸ਼ੀ ਹੈ ਅੱਜ ਹੀ ਜਾਰੀ ਕੀਤੀ ਜਾਏ ਵਾਪਸ ਕੀਤੀ ਜਾਵੇ ਅਣਵਰਤੀ ਰਾਸ਼ੀ ਖਜ਼ਾਨੇ ਦੇ ਵਿੱਚ ਪਾਈ ਜਾਏਗੀ ਔਰ ਇਸ ਨੂੰ ਵਾਪਸ ਕਰਨ ਦੇ ਆਦੇਸ਼ ਜਾਰੀ ਹੋਏ ਨੇ ਔਰ ਤੁਰੰਤ ਤੋਂ ਪ੍ਰਭਾਵ ਲਾਗੂ ਕਰਨ ਦੇ ਨੀਤੀ ਆਦੇਸ਼ ਜਾਰੀ ਕੀਤੇ ਗਏ ਨੇ ਪੰਜਾਬ ਦਾ ਖਜ਼ਾਨਾ ਮੁੜ ਤੋਂ ਭਰਿਆ ਜਾਏਗਾ ਔਰ ਇਹ ਪੰਜਾਬ ਦਾ ਖਜ਼ਾਨਾ ਭਰਨ ਲਈ ਇਹ ਉਬਰਾਲਾ ਕੀਤਾ ਜਾ ਰਿਹਾ ਜਿਹੜੇ ਵੀ ਬਕਾਇਆ ਫੰਡਸ ਨੇ ਜਿਹੜੇ ਵਰਤੇ ਨਹੀਂ ਗਏ ਉਹਨਾਂ ਨੂੰ ਵਾਪਸ ਮੰਗਿਆ ਹੈ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਤੁਰੰਤ ਰਾਸ਼ੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣ ਦੇ ਆਦੇਸ਼ ਨੇ ਅੱਜ ਤੱਕ આજ ਆਖਰੀ ਤਰੀਕਾ ਹੈ ਸਰਕਾਰੀ ਖਜ਼ਾਨੇ ਵਿੱਚ ਰਾਸ਼ੀ ਜਮ੍ਹਾਂ ਕਰਵਾਉਣ ਦੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਪੰਚਾਇਤਾਂ ਲਈ ਸੀਐਮ ਭਗਵੰਤ ਮਾਨ ਨੇ ਨਵੇਂ ਨਿਯਮ ਜਾਰੀ ਕੀਤੇ ਨੇ ਨਵੇਂ ਆਦੇਸ਼ ਜਾਰੀ ਕੀਤੇ ਨੇ ਔਰ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹਰ ਵਾਰ ਮਖੌਲ ਕੀਤਾ ਜਾਂਦਾ ਹੈ ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਔਰ ਇਸ ਤੇ ਹੁਣ ਹਮੇਸ਼ਾ ਸਵਾਲ ਕੀਤਾ ਜਾਂਦਾ ਹੈ ਸਿਗਾ ਭਗਵੰਤ ਮਾਨ ਨੂੰ ਵੀ ਔਰ ਕੇਜਰੀਵਾਲ ਨੂੰ ਵੀ ਕਿ ਆਖਿਰ ਜੇਕਰ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ ਤਾਂ ਤੁਸੀਂ ਖਜ਼ਾਨਾ ਭਰਨ ਲਈ ਕੀ ਕਰੋਗੇ ਤਾਂ ਖਜ਼ਾਨਾ ਹੁਣ ਇਸ ਤਰ੍ਹਾਂ ਭਰਿਆ ਜਾ ਲੈ ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਹੈ ਪੰਚਾਇਤਾਂ ਲਈ ਐਲਾਨ ਹੋਇਆ ਹੈ ਜਿਹੜੇ ਵੀ ਫੰਡ ਹੈ ਜਿਹੜੇ ਹੁਣ ਤੱਕ ਵਰਤੇ ਨਹੀਂ ਗਏ ਡਾਟਾਬੇਸ ਕਲੈਕਟ ਕੀਤਾ ਗਿਆ ਰਿਪੋਰਟ ਆਈ ਉਹਨਾਂ ਕੋਲ ਔਰ ਉਹਨਾਂ ਨੂੰ ਪਤਾ ਲੱਗੇ ਕਿ 99 ਕਰੋੜ ਰੁਪਏ ਤਕਦੀਰ ਰਕਮ ਹੈ ਜੋ ਹਾਲੇ ਤੱਕ ਇਸਤੇਮਾਲ ਨਹੀਂ ਹੋਈ ਇਹ ਰਕਮ ਬਕਾਇਆ ਪਈ ਹੈ ਪੰਚਾਇਤਾਂ ਕੋਲ ਪਈ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਰਕਮ ਸਰਕਾਰੀ ਖਜ਼ਾਨੇ ਦੇ ਵਿੱਚ ਵਾਪਸ ਕੀਤੀ ਜਾਵੇ ਔਰ ਇਸ ਤਰ੍ਹਾਂ ਇਹ ਰਕਮ ਨੂੰ ਵਾਪਸ ਲਿਆ ਕੇ ਸਰਕਾਰੀ ਖਜ਼ਾਨਾ ਭਰਿਆ ਜਾਏਗਾ ਤਾਂ ਜਿਹੜੇ ਵੀ ਸਵਾਲ ਕਰਦੇ ਸੀ ਕਿ ਖਜ਼ਾਨਾ ਕਿਸ ਤਰ੍ਹਾਂ ਭਰਨਾ ਹੈ ਤੇ ਉਪਰਾਲਾ ਹੈ ਜੋ ਭਗਵਦਵਾਨ ਨੇ ਕੀਤਾ ਹੈ ਕਦਮ ਚੱਕਿਆ ਹੈ ਜਿਸ ਤਰ੍ਹਾਂ ਹੁਣ ਸਰਕਾਰੀ ਖਜ਼ਾਨਾ ਭਰਿਆ ਜਾਏਗਾ रिपोर्ट ਕਹਿੰਦੀ ਹੈ ਕਿ 99 ਕਰੋੜ ਰੁਪਏ ਦੀ ਰਕਮ ਹੈ ਜੋ ਹਾਲੇ استعمال ਨਹੀਂ ਕੀਤੀ ਗਈ ਅਣ ਵਰਤੀ ਰਾਸ਼ੀ ਹੈ ਔਰ ਹੁਕਮ ਜਾਰੀ ਕੀਤਾ ਨੇ ਕਿ ਅੱਜ ਹੀ ਆਖਰੀ ਤਰੀਕ ਹੈ ਔਰ ਇਹ ਸਾਰੀ ਰਕਮ ਹੈ ਜੋ ਬਕਾਇਆ ਪੰਚਾਇਤਾਂ ਕੋਲ ਪਈ ਹੈ ਇਸ ਨੂੰ ਵਾਪਸ ਕੀਤਾ ਜਾਵੇ ਪਹਿਲੇ ਪੰਚਾਇਤਾਂ ਦੇ ਫੰਡ ਤੇ ਰੋਕ ਲਗਾਈ ਜਾਂਦੀ ਹੈ ਉਹ ਹਰ ਸਰਕਾਰ ਜਦੋਂ ਨਵੀਂ ਸਰਕਾਰ ਬਣਦੀ ਹੈ ਖਜ਼ਾਨੇ ਤੇ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਔਰ ਜਿਹੜੇ ਵੀ ਗ੍ਰਾਂਟਾਂ ਪਿਛਲੀ ਸਰਕਾਰ ਵੱਲੋਂ ਗਈਆਂ ਹੁੰਦੀਆਂ ਨੇ ਉਸ ਤੇ ਰੋਕ ਲਗਾਈ ਜਾਂਦੀ ਔਰ ਇਸ ਵਾਰ ਹੁਣ ਜਿਹੜੇ ਗ੍ਰਾਂਟਾਂ ਗਈਆਂ ਹੋਈਆਂ ਨੇ ਜਿਹੜੇ ਪੈਸੇ ਪੰਚਾਇਤਾਂ ਨੂੰ ਦਿੱਤੇ ਹੋਏ ਨੇ ਹੁਣ ਉਹਨਾਂ ਨੂੰ ਵੀ ਵਾਪਸ ਮੰਗਿਆ ਜਾ ਰਿਹਾ ਔਰ ਅੱਜ ਦੀ ਆਖਰੀ ਤਾਰੀਖ ਕਹੀ ਗਈ ਹੈ ਅੱਜ ਦਾ ਆਖਰੀ ਦਿਨ ਹੈ ਅੱਜ ਦੀ ਤਾਰੀਖ ਦੇ ਵਿੱਚ ਸਾਰੀ ਬਕਾਇਆ ਰਾਸ਼ੀ ਜਿਹੜੀ ਪੰਚਾਇਤਾਂ ਕੋਲ ਪਈ ਹੈ ਜੋ ਕਿ ਸਰਕਾਰੀ ਰਿਪੋਰਟ ਕਹਿੰਦੀ ਹੈ ਕਿ 99 ਕਰੋੜ ਦੀ ਰਾਸ਼ੀ ਹੈ ਇਹ ਪਈ ਹੋਈ ਹੈ ਇਸ ਨੂੰ ਵਰਤਿਆ ਨਹੀਂ ਗਿਆ ਇਸ ਨੂੰ ਵਾਪਸ ਸਰਕਾਰੀ ਖਜ਼ਾਨੇ ਦੇ ਵਿੱਚ ਪਾਇਆ ਜਾਏ ਔਰ ਇਸ ਤਰ੍ਹਾਂ ਸਰਕਾਰੀ ਖਜ਼ਾਨਾ ਭਰਿਆ ਜਾਵੇਗਾ